यार मामे का दिल कितना तो बिसर पिया गया वैसा भी ना जावे खुलताई सिर तो जाती एक सड़ गीत है ऐसी और होर नहीं सिर मुकारी ना युवराज सिंह जी हाय खड़ा असाल टपड़ के ਤੇ ਸੰਗੀਤ ਦੀ ਮਿੱਠੀ ਮਿੱਠੀ ਤੋਂ ਦੇ ਨਾਲ ਜਨਾਬ ਹਸਨ ਮਾਨਕ ਸਾਹਿਬ ਅਹੰਕਾਰ ਦਾ ਠਾਂ ਰਹਿੰਦੀਆਂ ਮਰਦਾਂ ਤੇਰੀਆਂ ਜੱਗ ਵਿੱਚ ਰਹਿੰਦੀਆਂ ਹੋ ਬੰਦਿਆ ਤੇਰੀਆਂ ਪਰ ਸੱਚੇ ਪਾਤਸ਼ਾਹ ਇੱਕ ਐਸੀ ਕਹਿ ਸਕਦਾ ਮੈਂ ਰੂਹ ਦੇ ਮਾਲਕ ਨੇ ਜਿਹਨਾਂ ਨੂੰ ਆਪਣੀ ਕਾਇਨਾਤ ਨਾਲ ਪਿਆਰ ਹੈ ਪੂਰੀ ਦੁਨੀਆਂ ਨਾਲ ਪਿਆਰ ਹੈ ਕੋਈ ਉਹਨਾਂ ਦੀ ਨਿਗਾਹ ਦੇ ਵਿੱਚ ਗਰੀਬ ਨਹੀਂ ਹੈ ਕੋਈ ਅਮੀਰ ਨਹੀਂ ਹੈ ਕਿਉਂਕਿ ਭਾਂਡੇ ਬਣਾਉਣ ਵਾਲੇ ਨੂੰ ਆਪਣੇ ਸਾਰੇ ਭਾਂਡੇ ਚੰਗੇ ਲੱਗਦੇ ਹੁੰਦੇ ਆ ਚਾਹੇ ਕੋਈ ਕੱਚਾ ਹੋਵੇ ਚਾਹੇ ਕੋਈ ਪੱਕਾ ਹੋਵੇ ਉਹਨੂੰ ਕਦੇ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਆਪਣੀ ਮੰਗਣ ਦਾ ਢੰਗ ਹੋਣਾ ਚਾਹੀਦਾ ਮਾਲਕ ਦਿੰਦਾ ਸੋ ਅੱਜ ਆਪਾਂ ਇੱਥੇ ਆਏ ਹਾਂ ਸੋ ਸਾਰਿਆਂ ਨੇ ਸੱਚੇ ਦਿਲੋਂ ਅਰਦਾਸ ਬੇਨਤੀ ਕਰਨੀ ਹੈ ਹਾਂਜੀ ਸਮਾਂ ਬੜੀ ਖਤਰਨਾਕ ਚੀਜ਼ ਹੈ ਕਦੇ ਕਿਸੇ ਦੀ ਉਡੀਕ ਨਹੀਂ ਕਰਦਾ ਜਿਹੜਾ ਬੰਦਾ ਸਮੇਂ ਨੂੰ ਇਗਨੋਰ ਕਰਦਾ ਜੀ ਉੱਥੇ ਕੀ ਰਹਿ ਜਾਂਦਾ ਸੋ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਦੋ ਤਿੰਨ ਗਾਣਿਆਂ ਦਾ ਮੈਨੂੰ ਜਵਾਬ ਦੇ ਗਈ ਉਹ ਛੱਤ ਵੀ ਨਹੀਂ ਪਲਵੀ ਜਿਹੜੇ ਮੰਗਦਾ ਮਾਲੀ ਬੇਈਮਾਨ ਹੋ ਗਿਆ ਉਹਦੇ ਪੱਤੇ ਵੀ ਨਹੀਂ ਉਹਦੇ ਫਲ ਵੀ ਨਹੀਂ ਜਿਹੜੀ ਕੌਮ ਦੇ ਖੂਨ ਚੋ ਗਈ ਗੈਰਤ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਕਈ ਬੰਦੇ ਵੀ ਬੈਠੇ ਆ ਘਰਾਂ 'ਚ ਪਿੰਡਾਂ 'ਚ ਵੀ ਮੇਰੀ ਫਲਾਣੇ ਨਾਲ ਨਹੀਂ ਬਣਦੀ ਮੇਰੀ ਢਿਉਕੇ ਨਾਲ ਨਹੀਂ ਬਣਦੀ ਇਹ ਆਪਣੀ ਜ਼ਮੀਨ ਦੀ ਆਪਣੀ ਮਾਂ ਦੀ ਇੱਜ਼ਤ ਦਾ ਸਵਾਲ ਹੈ ਜੇ ਕਿਸੇ ਨਾਲ ਗੁੱਪ ਘਲਾਟ ਹੋਇਆ ਸਤਿ ਸ਼੍ਰੀ ਅਕਾਲ।